ਆਰਡੀਨੈਂਸ ਸਰਚ ਆਪਰੇਸ਼ਨ ਚਲਾਏ ਸੀਗੇ ਪਠਾਨਕੋਟ ਦੇ ਏਰੀਏ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਅਸੀਂ ਚਲਾ ਰਹੇ ਹਾਂ ਸੈਂਸਿਟੀਵਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਸੇ ਦੌਰਾਨ ਅਸੀਂ ਅੱਜ ਪਠਾਨਕੋਟ ਦੇ ਵਿੱਚ ਜਿਹੜੀ ਡਿਵੀਜ਼ਨ ਨੰਬਰ 2 ਦੇ ਵਿੱਚ ਹਾਊਸਿੰਗ ਕਲੋਨੀ ਪੈਂਦੀ ਹੈ ਇਹਦੇ ਕੁਛ ਅਬੰਡੈਂਟ ਪਲੇਸਿਸ ਜਿੱਦੀਆਂ ਤੁਹਾਡੇ ਸਾਹਮਣੇ ਦੁਕਾਨਾਂ ਹੈਗੀਆਂ ਨੇ ਕਾਫੀ ਜਿਹੜੀਆਂ ਬੰਦ ਪਈਆਂ ਸੀ ਕਾਫੀ ਚਿਰ ਤੋਂ ਇਹਨਾਂ ਨੂੰ ਕੋਈ ਸ਼ਰਾਰਤੀ ਤੱਤ ਤੋਂ ਯੂਜ਼ ਨਾ ਕਰ ਸਕੇ ਜਾਂ ਇਹਦੀ ਜਨਰਲ ਸਰਚ ਦੇ ਲਈ ਅਸੀਂ ਆਏ ਸੀਗੇ ਆਪਣੀ ਫੋਰਸ ਨਾਲ ਕੋਆਰਡਨ ਕਰਕੇ ਇਹਨੂੰ ਸਾਰੇ ਨੂੰ ਕੀਤਾ ਗਿਆ ਇਹਦੀ ਸਰਚ ਕੀਤੀ ਗਈ ਹੈ ਸਾਰੀ ਨਹੀਂ ਇੰਟੈਲੀ ਜਨਰਲੀ ਸਾਡੀ ਇਹ ਸਰਚ ਆਪਰੇਸ਼ਨਸ ਹੈਗੇ ਨੇ ਜਸਟ ਟੂ ਮੱਦੇਨਜ਼ਰ ਜੋ ਸਾਡੇ ਪੁਰਾਣੇ ਇੰਸੀਡੈਂਟਸ ਹਿਸਟਰੀ ਹੈਗੀ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ SSP ਸਾਹਿਬ DGP ਸਾਹਿਬ ਨੇ ਉਸ ਨੂੰ ਹਦਾਇਤਾਂ ਦੇ ਮੁਤਾਬਕ ਅਸੀਂ ਕਰ ਰਹੇ ਹਾਂ ਨੈਚੁਰਲੀ ਉਹ ਜੋ ਹਿਸਟਰੀ ਜੋ ਸਾਡੀ ਹੈਗੀ ਆ ਉਹ ਸਾਰੀ ਸਟੱਡੀ ਕਰਕੇ ਜੋ ਵੀ ਹੈਗੀ ਆ ਉਸ ਹਿਸਾਬ ਨਾਲ ਅਸੀਂ ਪੂਰੇ ਪ੍ਰਪੇਅਰ ਹਾਂ ਅਸੀਂ ਉਸੇ ਮੱਦੇਨਜ਼ਰ ਇਹ ਜਿਹੜੇ ਕੋਆਰਡੀਨੈਂਸ ਸਰਚ ਆਪਰੇਸ਼ਨ ਜਿਹੜੇ ਆ ਚਲਾਏ ਜਾ ਰਹੇ ਨੇ ਸਰ ਸਰਹੱਦੀ ਇਲਾਕਿਆਂ ਵਿੱਚ ਵੀ ਸਰਚ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਸਾਰੇ ਸਬ ਡਿਵੀਜ਼ਨ 3 ਸਬ ਡਿਵੀਜ਼ਨਸ ਦੇ ਵਿੱਚ ਹਰ ਸਬ ਡਿਵੀਜ਼ਨ ਦੇ ਵਿੱਚ ਇੱਕ SSP ਲਾਇਆ ਅਤੇ ਨਾਲ ਉਹਨਾਂ ਦੇ ਨਾਲ DSP ਸਾਹਿਬਾਨ ਨੇ ਔਰ ਥੋਰਲੀ ਕਰ ਰਹੇ ਹਾਂ ਜੀ ਸਰਚ ਖਾਸ ਇਨਪੁੱਟ ਤਾਂ ਨਹੀਂ ਜਨਰਲ ਸਾਡੀ ਸਰਚ ਹੈਗੀ ਜਸਟ ਵੀ ਆਰ ਔਨ ਅਲਰਟ ਕਿਉਂ ਨਵਾਂ ਸਾਲ ਚੱਲ ਰਿਹਾ ਇਸ ਕਰਕੇ ਅਲਰਟ 'ਤੇ ਹੈਗੇ ਹਾਂ ਅਤੇ ਬਾਕੀ ਤੁਹਾਡੀ ਸੁਰੱਖਿਆ ਦੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਅਸੀਂ ਆਉਂਦੇ ਹੀ ਨਿਭਾ ਰਹੇ ਹਾਂ